ਨਾਨਕ ਸ਼ਹਿਰ ਦੀ ਸਮਾਜ ਸੇਵੀ ਅਤੇ ਨਾਮਵਰ ਸੰਸਥਾ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾ ਦੁਆਰਾ ਪ੍ਰਧਾਨ ਬੌਬੀ ਲਹਿਰੀ ਦੀ ਵਿਸ਼ੇਸ਼ ਪ੍ਰਧਾਨਗੀ ਹੇਠ ਕੋਰੋਨਾ ਮਹਾਮਾਰੀ ਦੌਰਾਨ ਵਧੀਆ ਡਿਊਟੀ ਨਿਭਾਉਣ ਵਾਲੇ ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਮਾਨ ਸਮਾਰੋਹ ਪੁਲਿਸ ਥਾਣਾ ਰਾਮਾ ਵਿਖੇ ਰੱਖਿਆ ਗਿਆ, ਜਿੱਥੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪਰਵਿੰਦਰ ਸਿੰਘ ਸੇਖੋਂ SHO ਥਾਣਾ ਰਾਮਾ ਅਤੇ ਸਮੂਹ ਸਟਾਫ ਨੂੰ ਸਨਮਾਨਿਤ ਕੀਤਾ ਗਿਆ। पुलिस हेल्पलाइन वैलफेयर सोसाइटी वालों सारे मुलाजमान सम्मानित किया गया। रामा थाना की पुलिस इस कोरोना काल के बहुत वधिया ड्यूटी निभा रही है। सारी हेल्पलाइन टीम वालों मैं उन्होंने सल्यूट करदा, तो असं उम्मीद करते हैं कि वो उन्हों की ड्यूटी जिस तरह हूँ निभा रहे हैं, अगे भी वो ड्यूटी आपकी ਸਨਮਾਨਿਤ ਕੀਤਾ। ਅੱਜ ਹੈਲਪਲਾਈਨ ਰਾਮਾ ਵਿਖੇ ਜੋ ਕਿ ਸਮਾਜ ਸੇਵੀ ਸੰਸਥਾ ਹੈਗੀ ਆ, ਉਹਨਾਂ ਵੱਲੋਂ ਅੱਜ ਥਾਣਾ ਵਿੱਚ ਆ ਕੇ ਜੋ ਕੋਈ ਸਮੂਹ ਕਰਮਚਾਰੀ ਸੀ ਜਿਹੜੇ ਕਿ ਕਰੋਨਾ ਦੀ ਔਖੀ ਘੜੀ ਦੇ ਵਿੱਚ ਡਿਊਟੀ ਨਿਭਾ ਰਹੇ ਨੇ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈਗਾ। ਅਤੇ ਮੈਂ ਇਸ ਗੱਲੋਂ ਸਾਰੇ ਸਟਾਫ ਵੱਲੋਂ, ਸਮੂਹ ਕਰਮਚਾਰੀਆਂ ਵੱਲੋਂ ਕਿਹੜਾ ਹੈਗਾ ਇਹਨਾਂ ਦਾ ਹੈਲਪਲਾਈਨ ਦਾ, ਸਮੂਹ ਰਾਮਾ ਵਾਸੀਆਂ ਦਾ ਧੰਨਵਾਦੀ ਹੈਗਾ। ਇਸ ਚੀਜ਼ ਅਜਿਹੀਆਂ ਚੀਜ਼ਾਂ ਸਾਡਾ ਹੋਰ ਹੌਸਲਾ ਵਧਾਉਂਦੀਆਂ ਹਨ ਤਾਂ ਕਿ ਅਸੀਂ ਫਰੰਟ 'ਤੇ ਆ ਕੇ ਹੋਰ ਇਸ ਬਿਮਾਰੀ ਦੇ ਵਿੱਚ ਲੋਕਾਂ ਦੀ ਮਦਦ ਕਰ ਸਕੀਏ ਅਤੇ ਇਸ ਨੂੰ ਕਾਬੂ ਪਾਉਣ ਦੇ ਵਿੱਚ ਹੋਰ ਜ਼ੋਰ ਲਾ ਕੇ ਡਿਊਟੀ ਕਰ ਸਕੀਏ। ਧੰਨਵਾਦ। ਰਾਮਾ ਮੰਡੀ ਤੋਂ ਪਰਮਜੀਤ ਸਿੰਘ ਲਹਿਰੀ ਦੀ ਰਿਪੋਰਟ, NC7 ਨਿਊਜ਼।